ਸਤਿ ਸ਼੍ਰੀ ਅਕਾਲ ਵੀ ਜੀ, ਆਹ ਬੰਦਾ ਵਿਚਾਰਾ ਫਸਿਆ ਪਿਆ, ਇਹਨੂੰ ਹੋ ਗਏ 15-20 ਦਿਨ ਆਏ ਨੂੰ ਇੰਡੀਆ ਤੋਂ ਦੁਬਈ ਨੂੰ, ਅਤੇ ਇਹ ਵਿਚਾਰਾ ਕਦੀ ਕਿਸੇ ਟਰਾਲੇ ਥੱਲੇ ਬਹਿ ਕੇ ਵਿਚਾਰਾ ਆਪਣਾ ਗੁਜ਼ਾਰਾ ਕਰਦਾ, ਨਾ ਇਹਦੇ ਕੋਲ ਪੈਸਾ ਆ, ਏਜੰਟ ਨੇ ਇਹਨੂੰ ਨਾ ਕੋਈ ਕੰਮ ਦਿੱਤਾ, ਇੱਦਾਂ ਵਿਚਾਰਾ ਧੱਕੇ ਖਾਂਦਾ ਫਿਰਦਾ ਆ। ਅਤੇ ਵੀਰੇ, ਕਿਹੜਾ ਪਿੰਡ ਤੁਹਾਡਾ? ਪਿੰਡ ਮਰਾਵਲੀ ਭਰਮ ਗੁਰਦਾਸਪੁਰਾ। ਅੱਛਾ ਜੀ, ਅਤੇ ਏਜੰਟ ਨੇ ਕੀ ਕਿਹਾ ਸੀ ਤੁਹਾਨੂੰ? ਏਜੰਟਾਂ ਦਾ ਵੀ ਤੁਹਾਨੂੰ ਕੰਮ ਦਵਾਉਂਗਾ ਜਾ ਕੇ। ਅੱਛਾ, ਅਤੇ ਕੋਈ ਏਜੰਟ ਦਾ ਬਾਈ ਫੋਨ ਨਹੀਂ ਕੀਤਾ ਅਤੇ ਨਾ ਚੁੱਕਿਆ, ਇੱਧਰ ਵੀ ਏਜੰਟ ਨੇ ਫੋਨ ਨਹੀਂ ਚੁੱਕਿਆ ਅਤੇ ਮੈਨੂੰ ਲਿਆ ਕੇ ਵਸਾ ਦਿੱਤਾ ਇੱਥੇ। ਅੱਛਾ, ਕੋਈ ਲੈਣ ਨਹੀਂ ਆਇਆ। ਰੋਟੀ ਪਾਣੀ ਕਿੱਥੋਂ ਖਾਂਦੇ? ਇੱਦਾਂ ਮੰਗ ਮੁੱਕੀ। ਅੱਛਾ, ਅਤੇ ਸੋਨਾ ਵੀ ਟਰਾਲਿਆਂ ਤੇ? ਹਾਂਜੀ, ਟਰਾਲਿਆਂ ਸਾਡੇ, ਕਦੀ ਰੰਬਲ ਸਾਡੇ ਚਲਜੀ ਸੌਂ ਜੀਦਾ, ਕਦੇ ਕਿਤੇ ਸੌਂ ਜੀਦਾ। ਅੱਛਾ, ਜਾਣੀ ਏਜੰਟ ਨੇ ਤੁਹਾਡਾ ਫੋਨ ਵੀ ਨਹੀਂ ਚੱਕਿਆ? ਨਾ, ਫੋਨ ਵੀ ਨਹੀਂ ਚੱਕਿਆ ਜੀ। ਬੜੀ ਮਾੜੀ ਗੱਲ ਕੀਤੀ। ਆਹ ਟਰਾਲਿਆਂ ਥੱਲੇ ਬੰਦਾ ਸੌਂਦਾ ਜੀ? ਲਓ ਜੀ, ਆਹ ਟਰਾਲੇ ਥੱਲੇ ਬੰਦਾ ਇੱਥੇ ਥੱਲੇ ਵੜ ਕੇ ਸੌਂਦਾ ਜੀ। ਆਹ ਦੇਖੋ, ਕਦੀ ਉਸ ਟਰਾਲੇ ਥੱਲੇ, ਕਦੀ ਉਸ ਟਰਾਲੇ ਥੱਲੇ। ਇਸ ਬੰਦੇ ਨੇ, ਜਿਸ ਬੰਦੇ ਨੇ ਇਹਨੂੰ ਭੇਜਿਆ ਇੱਥੇ, ਉਸ ਬੰਦੇ ਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ। ਏਜੰਟ ਦਾ ਨਾਂ ਕੀ? ਕਿਹੜੇ ਏਜੰਟ ਦਾ ਨਾਂ ਕੀ ਆ? ਬਟਾਲੇ ਤੋਂ ਏਜੰਟ ਜਗਜੀਤ ਸਿੰਘ। ਜਗਜੀਤ ਸਿੰਘ ਬਟਾਲੇ ਦਾ? ਹਾਂਜੀ, ਬਟਾਲੇ ਤੋਂ। ਬਟਾਲੇ ਦੇ ਜਗਜੀਤ ਸਿੰਘ? ਹਾਂਜੀ। ਜ਼ਿਲ੍ਹਾ ਗੁਰਦਾਸਪੁਰ ਹੈ? ਜ਼ਿਲ੍ਹਾ ਗੁਰਦਾਸਪੁਰ। ਕਿੰਨੇ ਪੈਸੇ ਲਾ ਕੇ ਆਇਆ? ਮੈਂ ਜੀ 1,00,000 ਰੁਪਏ ਲਾ ਕੇ ਆਇਆ। 60,000-65,000 ਰੁਪਏ ਉਹਨੂੰ ਦਿੱਤਾ ਜੀ। ਹਾਂਜੀ। 10,000 ਰੁਪਏ ਦੀ ਫਿਰ ਮੇਰੀ ਟਿਕਟ ਮਤਲਬ ਕੈਂਸਲ ਹੋ ਗਈ, ਫਿਰ ਇੰਡੀਆ ਤੋਂ ਘਰ ਮੰਗਾ ਕੇ ਫਿਰ ਮੈਂ ਦੁਹਰੇ ਆਇਆ। ਅੱਛਾ। ਹਾਂਜੀ। ਨਾ ਤਾਂ ਹੋਰ ਹੀ ਮੁੰਡੇ ਹੈਗੇ? ਤਾਂ ਨਾਲ ਮੁੰਡੇ ਹੈਗੇ, ਉਹ ਪਤਾ ਨਹੀਂ ਉਹਨੂੰ ਕਿੱਧਰ ਕਿੱਧਰ ਨਹੀਂ ਕਿੱਧਰ ਨਹੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਸੋ ਮੈਂ ਕੁਛ ਕੁ ਬੇਨਤੀਆਂ ਕਰਨੀਆਂ ਜੋ ਕਿ ਵਿਜ਼ਟਰ ਵੀਜ਼ੇ ਬਾਰੇ। ਅੱਜ ਕੱਲ੍ਹ ਜੋ ਏਜੰਟ ਆਪਣੇ ਵੀਰ ਭਰਾਵਾਂ ਨਾਲ ਠੱਗੀ ਮਾਰ ਰਹੇ ਨੇ। ਸੋ ਮੈਂ, ਮੇਰਾ ਨਾਮ ਬਲਜਿੰਦਰ ਸਿੰਘ ਆ, ਮੈਂ ਹਰਨੇਕ ਸਿੰਘ ਰੰਧਾਵਾ ਹੈਲਪਲਾਈਨ ਜੋ ਕੈਨੇਡਾ ਵਾਲੇ, ਸੋ ਉਹਨਾਂ ਦੇ ਗਰੁੱਪ ਦਾ ਇੱਕ ਮੈਂਬਰ ਆ। ਅਤੇ ਸੋ ਆਪਾਂ ਨੂੰ ਰੋਜ਼ ਹੀ ਕੋਈ ਨਾ ਕੋਈ ਇੱਥੇ ਦੁਬਈ ਦੇ ਵਿੱਚ, UAE ਦੇ ਵਿੱਚ ਕੋਈ ਨਾ ਕੋਈ ਵੀਰ ਭਰਾ ਜਾਂ ਕੋਈ ਭੈਣ ਆਪਣੀ ਠੱਗੀ ਦਾ ਸ਼ਿਕਾਰ ਹੁੰਦੇ ਆ। ਸੋ ਉਹਨਾਂ ਨੂੰ ਏਜੰਟ ਲੋਕ ਜਿਹੜੇ ਨਾ, ਮੈਂ ਕਈ ਵਾਰ ਗਰੁੱਪ 'ਚ ਇਹ ਗੱਲ ਦਾ ਜ਼ਿਕਰ ਕੀਤਾ ਕਿ ਜਿਹੜਾ ਵਿਜ਼ਿਟਰ ਵੀਜ਼ਾ ਆ ਉਹ 1 ਮੰਥ ਦਾ, ਮੇ ਬੀ 350-350 ਦਿਰਾਮ ਦਾ ਜਿਹੜਾ ਆਉਂਦਾ ਆ, ਔਰ ਜਿਹੜਾ 3 ਮੰਥ ਦਾ ਵੀਜ਼ਾ ਆ ਉਹ 750-700 ਦਿਰਾਮ ਦਾ। ਸੋ ਇੱਥੇ ਆਮ ਹੀ ਆਪਣੇ ਟਰੈਵਲ ਦੁਬਈ ਦੇ ਵਿੱਚ ਹੈਗੇ ਆ। ਸੋ ਜੇ ਕੋਈ ਤੁਹਾਡਾ ਆਪਣਾ ਕੋਈ ਰਿਲੇਸ਼ਨ ਵਾਲਾ ਹੈਗਾ ਆ ਇੱਥੇ, ਅਤੇ ਸੋ ਉਹਦੀ ਪਾਸਪੋਰਟ ਦੀ ਕਾਪੀ ਗਰੰਟੀ ਵਾਸਤੇ ਦੇਣੀ ਪੈਂਦੀ, ਐਂਡ ਦੈਨ ਰੈਜੀਡੈਂਸ ਵੀਜ਼ਾ ਭੇਜ ਦੇਣਾ ਪੈਂਦਾ। ਸੋ ਇੰਨੀ ਕੁ ਹੀ ਅਮਾਊਂਟ ਲੱਗਦੀ ਆ, 350-350 ਦਿਰਾਮ, ਉਹ ਜੇ ਹੁੰਦਾ ਜੇ 7,000 ਇੰਡੀਆ ਦਾ। ਅਗਰ 3 ਮੰਥ ਦਾ ਲੈਣਾ ਵੀਜ਼ਾ ਉਹਦਾ ਕਰੀਬ 750-750 ਦਿਰਾਮ, ਅਤੇ ਇੰਡੀਆ ਦਾ 15,000 ਅਤੇ, ਬਟ ਇਹਦੇ ਵਿੱਚ ਰਿਟਰਨ ਟਿਕਟ ਆਉਣ ਜਾਣ ਦੀ ਦੇਣੀ ਪੈਂਦੀ, ਦਿਖਾਉਣੀ ਪੈਂਦੀ ਆਪਾਂ ਨੇ ਵੀ ਆਪਾਂ ਜਾਣਾ ਵੀ ਆ ਔਰ ਵਾਪਸ ਵੀ ਆਉਣਾ ਹੈ। ਅਤੇ ਜੋ ਵੀ ਆਪਣਾ 3 ਦਿਨ 72 ਘੰਟੇ ਦਾ ਕੋਵਿਡ ਦਾ ਟੈਸਟ ਹੁੰਦਾ। ਸੋ ਬਟ ਮੈਂ ਜੋ ਬੇਨਤੀ ਕਰਨ ਵਾਲਾ ਹਾਂ ਵੀ ਅੱਜ ਕੱਲ੍ਹ ਜੋ ਟਰੈਂਡ, ਜਾਣੀ ਕਿ ਏਜੰਟ ਲੋਕ ਕੀ ਕਰ ਰਹੇ ਨੇ, ਅਪਲਾਈਮੈਂਟ ਵੀਜ਼ਾ ਜ਼ਿਆਦਾਤਰ ਨਹੀਂ ਕੰਪਨੀਆਂ ਇਸ਼ੂ ਕਰ ਰਹੀਆਂ, ਕਿਉਂਕਿ ਜਿਹੜੇ ਵੀਰ ਕੇ ਛੁੱਟੀ ਗਏ ਨੇ ਉਹ ਵੀ ਨਹੀਂ ਵਾਪਸ ਆ ਰਹੇ, ਅਤੇ ਇਹ ਸਾਰਾ COVID-19 ਕਰਕੇ ਹੋ ਰਿਹਾ ਹੈ। ਅਤੇ ਜ਼ਿਆਦਾਤਰ ਕੀ ਹੋ ਰਿਹਾ ਵੀ ਇੱਥੋਂ ਦੀਆਂ ਕੰਪਨੀਆਂ ਬੰਦੇ ਨੂੰ ਇੱਥੇ ਹੀ ਹਾਇਰ ਕਰ ਰਹੀਆਂ, ਬਟ ਏਜੰਟਾਂ ਨੇ ਕੀ ਕੀਤਾ ਆ, ਲੋਕਾਂ ਕੋਲੋਂ 1,00,000 ਰੁਪਈਏ ਠੱਗ ਲੈ ਰਹੇ। ਸੋ ਵੀਜ਼ਾ ਮੈਂ ਤੁਹਾਨੂੰ ਦੱਸ ਚੁੱਕਾ, 7,000 ਇੰਡੀਆ ਦਾ ਹੁੰਦਾ ਆ, ਅਤੇ ਕਿਸੇ ਕੋਲ 70,000, ਕਿਸੇ ਕੋਲ 1,00,000 ਰੁਪਈਆ, ਉਹ ਉੱਥੇ ਹੀ ਇੰਡੀਆ ਹੀ ਲੈ ਲੈਂਦੇ ਆ। ਅਤੇ ਜਿਸ ਤਰ੍ਹਾਂ ਵੀਰ ਆਪਣਾ ਇਹਦੇ ਕੋਲ ਵੀ 65,000 ਕਾਫੀ ਇਹਦੇ ਕੋਲ ਪੈਸੇ ਲੈ ਲਏ ਆ, ਅਤੇ ਇਸ ਵੀਰ ਨੂੰ ਏਅਰਪੋਰਟ 'ਤੇ ਰਿਸੀਵ ਕਰਨ ਵਾਸਤੇ ਵੀ ਕੋਈ ਨਹੀਂ ਆਇਆ। ਸੋ ਉੱਥੋਂ ਉਹਨੂੰ ਚਲਾ ਤਾ, ਹੁਣ ਉਹ ਵਿਚਾਰਾ ਵੀਰ ਤੁਸੀਂ ਦੇਖਿਆ ਹੀ ਆ ਕਿੱਦਾਂ ਵੀਡੀਓ ਰਾਹੀਂ ਟਰਾਲਿਆਂ ਦੇ ਥੱਲੇ ਸੌਂਦਾ ਆ, ਅਤੇ ਵਿਚਾਰਾ ਰੋਟੀ ਤੋਂ ਵੀ ਮਹਤਾਜ ਹੋਇਆ ਫਿਰਦਾ ਆ। ਸੋ ਇੱਦਾਂ ਦੇ ਹਜ਼ਾਰਾਂ ਹੀ ਵੀਰ ਆਪਾਂ ਨੂੰ ਮਤਲਬ ਇਸ ਤਰ੍ਹਾਂ ਆਪਣੇ, ਯਾਨੀ ਕਿ UAE ਦੇ ਵਿੱਚ ਆ ਕੇ ਇੱਦਾਂ ਫਸ ਜਾਂਦੇ ਆ। ਅਤੇ ਸੋ ਮੇਰੀ ਬੇਨਤੀ ਇਹੋ ਹੀ ਆ ਵੀਰਾਂ ਨੂੰ ਕਿ ਸੋ ਠੱਗੀ ਦਾ ਸ਼ਿਕਾਰ ਨਾ ਹੋਵੋ, ਅਤੇ ਇਹੋ ਜਿਹੇ ਜਿਹੜੇ ਏਜੰਟ ਆ ਜੋ ਤੁਹਾਨੂੰ ਵਿਜ਼ਿਟਰ ਵੀਜ਼ਾ ਦੇ ਰਹੇ ਨੇ। ਸੋ ਬਟ ਅਗਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਏਜੰਟਾਂ ਦੇ ਤੁਸੀਂ ਆਓਗੇ ਕਦੇ ਥਰੂ, ਸੋ ਏਜੰਟ ਕੋਈ ਨਾ ਕੋਈ ਤਾਂ ਤੁਹਾਨੂੰ ਹਾਇਰ ਕਰਨਾ ਪੈਣਾ, ਬਟ ਉਹਦੇ ਨਾਲ ਇਹ ਕਮਿਟਮੈਂਟ ਕਰੋ ਸੋ ਵੀ ਤੁਹਾਨੂੰ ਅਸੀਂ ਜੋ ਤੁਹਾਡਾ ਵਿਜ਼ਿਟਰ ਵੀਜ਼ਾ ਆ
ਉਹਦੇ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ ਅਤੇ ਦੈਨ ਟਿਕਟ ਅਪ ਡਾਊਨ ਦੀ। ਅਤੇ ਬਟ ਕਈ ਵਾਰ ਕੀ ਹੋ ਰਿਹਾ ਆ, ਇਹ ਵੀਜ਼ੇ ਵੀ ਜੋ ਨਾ ਫਰਜ਼ੀ ਦੇ ਰਹੇ ਨੇ। ਅਤੇ ਸੋ ਅਗਰ ਤੁਸੀਂ ਜਿਹੜੇ ਵੀਰ ਭਰਾ ਆਪਣੇ ਪੰਜਾਬ ਤੋਂ ਨਵੇਂ ਆਉਣੇ ਚਾਹੁੰਦੇ ਨੇ, ਅਗਰ ਜਿਹੜੇ ਮੇਰੇ ਵੀਰ ਇਹ ਵੀਡੀਓ ਨੂੰ ਵੇਖਣ, ਅਗਰ ਇਹ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦਾ ਟੈਲੀਗ੍ਰਾਮ ਇੱਕ ਗਰੁੱਪ ਆ, ਸੋ ਅਗਰ ਉਹਨੂੰ ਜੁਆਇਨ ਕਰਨ ਅਤੇ ਉਹਦੇ ਰਾਹੀਂ ਆਪਾਂ ਸੋ ਵੀਜ਼ਾ ਵੀਰਾਂ ਦਾ ਵੀਜ਼ਾ ਵੀ ਚੈੱਕ ਕਰਕੇ ਦੱਸ ਦਾਂਗੇ ਵੀ ਇਹ ਜੈਨੂਅਲ ਹੈ ਜਾਂ ਫੇਕ ਆ, ਸੋ ਉਸ ਤੋਂ ਵੀ ਠੱਗੀ ਦਾ ਸ਼ਿਕਾਰ ਹੋਣਾ ਉਹ ਬਚ ਜਾਂਦੇ ਆ। ਅਤੇ ਸੋ ਮੇਰਾ ਇੰਨਾ ਕਿ ਇਸ ਵੀਡੀਓ ਰਾਹੀਂ ਮਾਧਿਅਮ ਸੀਗਾ ਵੀ ਤੁਸੀਂ ਜਿਹੜੇ ਪੰਜਾਬ ਤੋਂ ਵੀਰ ਭੈਣ ਆਉਂਦੀਆਂ ਇੱਥੇ, ਅਤੇ ਸੋ ਠੱਗੀ ਦਾ ਸ਼ਿਕਾਰ ਨਾ ਹੋਵੋ। ਬਟ ਉਹਦੀ ਜਿਹੜੀ ਕੀਮਤ ਆ ਉਹ ਇੰਡੀਆ ਦਾ ਫਸਟ ਜਾਣੀ ਕਿ 1 ਮੰਥ ਦਾ ਜੋ ਵੀਜ਼ਾ ਆ 7,000 ਰੁਪਈਏ ਦਾ, ਔਰ ਅਗਰ 3 ਮੰਥ ਦਾ ਲੈਂਦੇ ਜੇ ਤਾਂ ਉਹ ਤੁਹਾਡਾ ਵੀਜ਼ਾ ਹੈਗਾ ਜੇ 15,000 ਰੁਪਈਏ ਦਾ। ਸੋ ਇਹਨੂੰ ਅਗਰ ਚੈੱਕ ਕਰਵਾਉਣਾ ਹੋਵੇ ਤਾਂ ਤੁਸੀਂ ਮੇਰੇ ਪਰਸਨਲ ਵਟਸਐਪ ਨੰਬਰ 'ਤੇ ਵੀ ਮੈਨੂੰ ਆਪਣਾ ਵੀਜ਼ਾ ਸੈਂਡ ਕਰਕੇ ਚੈੱਕ ਕਰਾ ਸਕਦੇ। ਔਰ ਹਰਨੇਕ ਰੰਧਾਵਾ ਹੈਲਪਲਾਈਨ ਦਾ ਜੋ ਟੈਲੀਗ੍ਰਾਮ ਗਰੁੱਪ ਚਲਾਉਂਦੇ ਹਾਂ, ਸੋ ਉਹਦੇ ਵਿੱਚ ਵੀ ਕਈ ਵਾਰ ਕਾਫੀ ਵੀਰ ਆਪਣੇ ਯੂ ਏ ਦੇ ਹੈਗੇ ਆ, ਸੋ ਉਹ ਵੀ ਤੁਹਾਨੂੰ ਕੋਈ ਨਾ ਕੋਈ ਵੀਰ ਜਦੋਂ ਵੀ ਉਹ ਕੋਈ ਫਰੀ ਹੁੰਦਾ ਤੁਹਾਨੂੰ ਚੈੱਕ ਕਰਕੇ ਦੱਸ ਸਕਦਾ। ਸੋ ਵੀਰਾਂ ਗੜੀ ਮੇਰੀ ਬੇਨਤੀ ਆ ਕਿ ਵੀਰ ਮੇਰੇ ਉਹ ਆਣ ਕੇ ਇੱਥੇ ਠੱਗੀ ਦਾ ਸ਼ਿਕਾਰ ਨਾ ਹੋਵੋ, ਹਰਾਸ਼ ਨਾ ਹੋਵੋ, ਬਾਅਦ ਵਿੱਚ ਇੱਥੇ ਬਹੁਤ ਬੰਦੇ ਨੂੰ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਆ। ਅਤੇ ਬੈਟਰ ਇਹੀ ਆ ਕਿ ਤੁਸੀਂ ਆਪਣਾ ਵੀਜ਼ਾ ਜੇ ਅਗਰ ਲੈਣਾ ਚਾਹੁੰਦੇ ਜੇ ਖੁਦ ਦਾ ਲੈ ਕੇ ਆਓ, ਇੱਥੇ ਬੈੱਡ ਸਪੇਸ ਵੀ ਮਿਲ ਜਾਂਦੀ ਆ ਅਗਰ ਤੁਸੀਂ ਰਹਿਣਾ ਚਾਹੋ, ਉਸ ਤੋਂ ਬਾਅਦ ਆਪ ਤੁਸੀਂ ਜੋਬ ਸਰਚ ਕਰ ਸਕਦੇ। ਠੀਕ ਹੈ ਜੀ, ਅਤੇ ਵਾਹਿਗੁਰੂ ਸਾਰੇ ਵੀਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਗੁਰੂ ਮਹਾਰਾਜ ਮਿਹਰ ਕਰਨ ਸਾਰੀ ਚੜ੍ਹਦੀ ਕਲਾ 'ਚ ਰਹੋ ਜੀ। ਵੀਡੀਓ ਛੋਟਾ ਜਿਹਾ ਤੁਸੀਂ ਦੇਖ ਹੀ ਲਿਆ ਵੀਰ ਦਾ, ਪੰਜਾਬ ਤੋਂ ਹੈ ਵੀਰ ਸਾਡਾ, ਔਰ ਬਟਾਲਾ ਤੋਂ ਦੱਸ ਰਿਹਾ ਵੀਰ ਕਿਵੇਂ ਬਟਾਲੇ ਦਾ ਰਹਿਣ ਵਾਲਾ, ਔਰ 60-70-80 ਹਜ਼ਾਰ ਰੁਪਇਆ ਦੇ ਕੇ ਵਿਜ਼ਟਰ ਵੀਜ਼ੇ 'ਤੇ ਆ ਕੇ ਦੁਬਈ ਦੇ ਵਿੱਚ ਖੱਜਲ ਹੋ ਰਿਹਾ, ਟਰੱਕਾਂ ਦੇ ਨੀਚੇ ਆ ਕੇ ਸੌਣਾ ਪੈ ਰਿਹਾ, ਮੰਗ ਕੇ ਖਾਣਾ ਖਾਣਾ ਪੈ ਰਿਹਾ। ਸੋ ਬੇਨਤੀ ਹੈ, ਅਸੀਂ ਪਹਿਲਾਂ ਵੀ ਬਹੁਤ ਵਾਰ ਰਿਕੁਐਸਟ ਕੀਤੀ ਹੈ, ਇੱਕ ਵਾਰ ਫਿਰ ਰਿਕੁਐਸਟ ਕਰਦੇ ਹਾਂ ਕਿ ਜਿਹੜਾ ਵਿਜ਼ਟਰ ਵੀਜ਼ਾ ਹੈ ਦੁਬਈ ਦਾ ਉਹ 7-8 ਹਜ਼ਾਰ ਰੁਪਏ ਦਾ ਹੈ, ਉਹਦੇ ਵਾਸਤੇ 70-80 ਹਜ਼ਾਰ ਰੁਪਇਆ ਲਗਾਉਣ ਦੀ ਲੋੜ ਨਹੀਂ ਹੈ। ਹੋਰ ਵੀ ਕੱਲ੍ਹ ਜੋ ਹੈ ਨਾ ਕੁੜੀਆਂ, ਦੋ ਤਿੰਨ ਕੁੜੀਆਂ ਇਹੋ ਜਿਹੀਆਂ ਜਿਹੜੀਆਂ ਨੇ ਸਾਨੂੰ ਉੱਥੇ ਦੁਬਈ ਦੇ ਵਿੱਚ ਸਾਡੇ ਗਰੁੱਪ ਮੈਂਬਰ ਵੀਰ ਬਲਜਿੰਦਰ ਜੀ ਨੂੰ ਸੜਕ 'ਤੇ ਖੜੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਉਹਨਾਂ ਮਤਲਬ ਜਿੱਥੇ ਵੀ ਉਹ ਰਹਿ ਲੱਗੀਆਂ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ, ਅਤੇ ਉਹ ਸੜਕ 'ਤੇ ਆਪਣਾ ਸਮਾਨ ਲੈ ਕੇ ਖੜੀਆਂ, ਕੋਈ ਕੰਮ 'ਤੇ ਲਗਾਉਣ ਵਾਲਾ ਹੈ ਨਹੀਂ ਉਹਨਾਂ ਨੂੰ। ਸੋ ਜਿਹੜੀਆਂ ਵੀ ਧੀਆਂ ਭੈਣਾਂ ਪੰਜਾਬ ਤੋਂ ਜਾ ਰਹੀਆਂ ਨੇ, ਉਹਨਾਂ ਨੂੰ ਵਾਰ ਵਾਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇੱਕ ਤਾਂ 70-80 ਹਜ਼ਾਰ ਰੁਪਇਆ 1,00,000 ਰੁਪਇਆ ਦੇਣ ਦੀ ਲੋੜ ਨਹੀਂ ਹੈ। ਜੇ ਤੁਸੀਂ ਦੁਬਈ ਦਾ ਵੀਜ਼ਾ ਲੈਣਾ, ਵਿਜ਼ਟਰ ਵੀਜ਼ਾ 7-8 ਹਜ਼ਾਰ ਰੁਪਈਆ ਦਾ ਲੱਗਦਾ, ਠੀਕ ਹੈ। ਉਹਦੇ ਵਾਸਤੇ ਅਗਰ ਤੁਸੀਂ ਆਪ ਥੋੜ੍ਹੇ ਪੜ੍ਹੇ ਲਿਖੇ ਹੋ, ਆਪ ਅਪਲਾਈ ਕਰੋ, ਅਤੇ ਬਾਕੀ ਇੰਨਾ ਲੰਬਾ 1,00,000 ਰੁਪਇਆ ਦੇ ਕੇ ਜਾਣਾ, ਔਰ ਉਹਦੇ ਬਾਅਦ ਜਿੱਦਾਂ ਇਹ ਵੀਰ ਸਾਡਾ ਜਿਹੜਾ ਨੀਚੇ ਟਰਾਲਿਆਂ ਦੇ ਨੀਚੇ ਸੋ ਕੇ ਆਪਣਾ ਟਾਈਮ ਪਾਸ ਕਰ ਰਿਹਾ, ਔਰ ਇੰਨਾ ਔਖੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ, ਖਾਣ ਪੀਣ ਨੂੰ ਕੁਛ ਹੈ ਨਹੀਂ, ਪੈਸੇ ਹੈ ਨਹੀਂ, ਹੈ ਨਾ। ਸੋ ਬੇਨਤੀ ਹੈ ਕਿ ਇਹੋ ਜਿਹੇ ਕੰਮ ਆਪਾਂ ਨਾ ਕਰੀਏ। ਅਸੀਂ ਬੇਸ਼ੁਮਾਰ ਵਾਰ ਆਪਾਂ ਕਹਿ ਚੁੱਕੇ ਹਾਂ ਵੀਰ ਭੈਣਾਂ ਭਰਾਵਾਂ ਨੂੰ ਕਿ ਆਹ ਕੰਮ ਤੁਸੀਂ ਨਾ ਕਰੋ, ਕਿਸੇ ਅਰਬ ਕੰਟਰੀ ਜਾਣ ਤੋਂ ਪਹਿਲਾਂ ਜਿਹੜੇ ਜ਼ਿਆਦਾ ਇਨਫੋਰਮੇਸ਼ਨ ਆਪਣੀ ਗੇਨ ਕਰੋ, ਜਾਂ ਜਿਹੜੇ ਗਰੁੱਪ ਮੈਂਬਰ ਨੇ ਉਹਨਾਂ ਤੋਂ ਹੈਲਪ ਲਓ। ਬਟ ਮਦਦ ਕਰਨ ਨੂੰ ਆਪਾਂ ਹਮੇਸ਼ਾ ਅੱਗੇ ਰਹਿੰਦੇ ਹਾਂ, ਮਦਦ ਕਰਦੇ ਵੀ ਹਾਂ। ਔਰ ਰੀਸੈਂਟਲੀ ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਦੋ ਭੈਣਾਂ ਜਿਹੜੀਆਂ ਸੀਗੀਆਂ, ਚਾਂਦਨੀ ਔਰ ਜੱਸੀ, ਦੋਨਾਂ ਨੂੰ ਕਢਾਇਆ ਸੀਗਾ, ਔਰ ਉਹਨਾਂ ਦੇ ਮੈਸੇਜਿਸ ਤੁਸੀਂ ਪਹਿਲਾਂ ਵੀ ਸੁਣੇ ਨੇ ਵੀਡੀਓ ਦੇ ਵਿੱਚ, ਕਿੱਦਾਂ ਰੋ ਰੋ ਕੇ ਉਹਨਾਂ ਨੇ ਮਤਲਬ ਆਪਣੀ ਜੋ ਹੈ ਉਹ ਸਾਰੀ ਕਹਾਣੀ ਸੁਣਾਈ ਸੀਗੀ ਕਿ ਇੱਦਾਂ ਥਿੰਕ ਕਿੱਥੇ ਫਸੇ ਹਾਂ, ਸਾਨੂੰ ਇੱਥੋਂ ਕਢਾ ਲਓ, ਬਹੁਤ ਬੁਰਾ ਹਾਲ ਹੈ। ਚਾਂਦਨੀ ਦਾ ਜ਼ਿਆਦਾ ਬੁਰਾ ਹਾਲ ਸੀ, ਅਤੇ ਇੱਥੇ ਆ ਕੇ ਹੁਣ ਦੋਨੋਂ ਬਲੌਕ ਕਰ ਗਈਆਂ ਨੇ, ਬਲੌਕ ਮਤਲਬ ਕੋਈ ਗੱਲਬਾਤ ਨਹੀਂ, ਕੋਈ ਦੁਆ ਸਲਾਮ ਨਹੀਂ, ਕੋਈ ਹੈਲੋ ਨਹੀਂ, ਕੋਈ ਹਾਏ ਨਹੀਂ। ਹਾਲਾਂਕਿ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਇੱਥੇ ਆ ਕੇ ਦੂਜੀਆਂ ਜਿਹੜੀਆਂ ਧੀਆਂ ਭੈਣਾਂ ਹੈਗੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਉਹ ਗਾਈਡ ਕਰਨ ਕਿ ਬਈ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ, ਠੀਕ ਹੈ ਨਾ। ਲੇਕਿਨ ਇੱਥੇ ਆ ਕੇ ਮੋਸਟਲੀ ਜਿਹੜੀਆਂ ਧੀਆਂ ਭੈਣਾਂ ਜਿਹਨਾਂ ਨੂੰ ਆਪਾਂ ਉੱਥੋਂ ਕਢਾਉਂਦੇ ਹਾਂ, ਸਾਰੀਆਂ ਆ ਕੇ ਬਲੌਕ ਕਰ ਜਾਂਦੀਆਂ, ਕਿਸੇ ਨੂੰ ਗਾਈਡ ਕਰਨ ਦਾ ਤਾਂ ਕੋਈ ਮਤਲਬ ਹੀ ਕੋਈ ਨਹੀਂ ਰਹਿ ਗਿਆ। ਅਤੇ ਜਿਹੜੀਆਂ ਉੱਥੇ ਫਸੀਆਂ ਨੇ ਉਹ ਅਲੱਗ ਤੋਂ ਰੋਂਦੀਆਂ ਨੇ ਕਿ ਸਾਨੂੰ ਕਢਾ ਦਿਓ, ਜਿਹੜੀਆਂ ਇੱਥੇ ਪਹੁੰਚ ਜਾਂਦੀਆਂ ਉਹ ਇੱਥੇ ਆ ਕੇ ਬਲੌਕ ਕਰ ਦਿੰਦੀਆਂ। ਅਤੇ ਮਤਲਬ ਜਿਹੜੀ ਮਦਦ ਹੈ ਉਹ ਸਿਰਫ ਲੈਣ ਤੱਕ ਰਹਿ ਗਈ ਹੈ ਕਿ ਮਦਦ ਲੈ ਲਈ ਜਾਵੇ, ਬਾਕੀ ਕਿਸੇ ਨੂੰ ਗਾਈਡ ਕਰਨਾ ਜਾਂ ਕਿਸੇ ਦੀ ਮਦਦ ਕਰਨੀ ਉਹ ਅਸੀਂ ਨਹੀਂ ਕਰ ਸਕਦੇ, ਹੈ ਨਾ। ਸੋ ਬਟ ਐਨੀਵੇਜ਼ ਜੋ ਗੁਰੂ ਮਹਾਰਾਜ ਨੇ ਸਾਡੀ ਡਿਊਟੀ ਲਗਾਈ ਅਸੀਂ ਤਾਂ ਆਪਣੀ ਕਰ ਰਹੇ ਹਾਂ, ਹੁਣ ਵੀ ਕਰ ਰਹੇ ਹਾਂ, ਅਤੇ ਜਦੋਂ ਤੱਕ ਗੁਰੂ ਮਹਾਰਾਜ ਨੇ ਮਤਬੁੱਧ ਬਖਸ਼ੀ ਰੱਖੀ ਉਦੋਂ ਤੱਕ ਕਰਦੇ ਰਹਾਂਗੇ। ਲੇਕਿਨ ਆਹ ਸਾਰਿਆਂ ਨੂੰ ਬੇਨਤੀ ਹੈ ਕਿ ਅਰਬ ਕੰਟਰੀਆਂ ਦੇ ਵਿੱਚ ਕੋਈ ਵੀ ਧੀ ਭੈਣ ਨੂੰ ਜਾਣ ਦੀ ਲੋੜ ਨਹੀਂ ਹੈ, ਨਾ ਜਾਓ, ਉੱਥੇ ਦੇ ਹਾਲਾਤ ਚੰਗੇ ਨਹੀਂ ਹੈ,
ਉੱਥੇ ਦੇ ਲੋਕਾਂ ਦਾ ਜਿਹੜਾ ਵਰਤਾਰਾ ਹੈ, ਜੋ ਲੋਕਾਂ ਦਾ ਮਤਲਬ ਆਮ ਬੰਦੇ ਨੇ ਉਹਨਾਂ ਨਾਲ ਜੋ ਬਿਹੇਵੀਅਰ ਹੈ ਉਹ ਬਹੁਤ ਵਰਸਟ ਹੈ, ਠੀਕ ਹੈ। ਸੋ ਬਹੁਤ ਵਾਰ ਬੇਨਤੀ ਕੀਤੀ, ਇੱਕ ਵਾਰ ਫਿਰ ਬੇਨਤੀ ਕਰ ਰਹੇ ਹਾਂ, ਪਲੀਜ਼ ਅਰਬ ਕੰਟਰੀਆਂ ਦੇ ਵਿੱਚ ਨਾ ਜਾਓ ਧੀਆਂ ਭੈਣਾਂ, ਕਿਸੇ ਵੀ ਇਹ ਸੋਚ ਕੇ ਨਾ ਜਾਣ ਕਿ ਸਾਨੂੰ ਮੌਲ ਦਾ ਕੰਮ ਮਿਲ ਜਾਏਗਾ ਜੀ, ਸਾਨੂੰ ਇੱਥੇ ਉਹ ਕੁਛ ਨਹੀਂ ਦਿੰਦੇ ਤੁਹਾਨੂੰ, ਠੀਕ ਹੈ, ਕੋਈ ਕੰਮ ਨਹੀਂ ਹੈ। ਉਹ ਤੁਹਾਨੂੰ ਗਲਤ ਕੰਮਾਂ ਦੇ ਵਿੱਚ ਧੱਕਣ ਵਾਸਤੇ ਤੁਹਾਨੂੰ ਲੈ ਕੇ ਜਾਂਦੇ ਆ ਉੱਥੇ, ਔਰ ਮੋਸਟਲੀ ਜਿਹੜੀ ਕੁੜੀਆਂ ਜਾਂਦੀਆਂ ਉਹਨਾਂ ਨਾਲ ਜ਼ਿਆਦਾਤਰ ਕੁੜੀਆਂ ਨਾਲ ਆਹੀ ਕੁਝ ਹੁੰਦਾ, ਅਸੀਂ ਬਹੁਤ ਲੰਬੇ ਅਰਸੇ ਤੋਂ ਦੇਖਦੇ ਆ ਰਹੇ ਹਾਂ। ਸੋ ਕੋਈ ਵੀ ਧੀ ਭੈਣ ਕਿਸੇ ਘਰੇਲੂ ਕੰਮ ਵਾਸਤੇ ਮਤਲਬ ਹਾਊਸਮੇਟ ਦੇ ਵੀਜ਼ੇ 'ਤੇ ਨਾ ਜਾਵੇ, ਔਰ ਦੂਸਰਾ ਜੋ ਹੈ ਜਿੱਥੇ ਤੱਕ ਹੋ ਸਕੇ ਕਿਸੇ ਵੀ ਅਰਬ ਕੰਟਰੀ ਵਿੱਚ ਨਾ ਜਾਓ, ਕਿਉਂਕਿ ਉਹਨਾਂ ਨੇ ਸੂਨਰ ਔਰ ਲੇਟਰ ਤੁਹਾਨੂੰ ਐਕਸਪਲੋਇਟ ਹੀ ਕਰਨਾ ਹੈ, ਉਹ ਤੁਹਾਨੂੰ ਐਕਸਪਲੋਇਟ ਕਰਨ ਵਾਸਤੇ ਹੀ ਬੁਲਾ ਰਹੇ ਹੈ, ਠੀਕ ਹੈ ਜੀ। ਸੋ ਵੀਰ ਦਾ ਤੁਸੀਂ ਵੀਡੀਓ ਦੇਖਿਆ, ਵੀਰ ਦੇ ਹਾਲਾਤ ਵੀ ਦੇਖ ਲਏ, ਉਹਦੇ ਬਾਵਜੂਦ ਅਸੀਂ ਅਗਰ ਨਹੀਂ ਸਮਝਦੇ ਤਾਂ ਫਿਰ ਆਪਣੀ ਗਲਤੀ ਹੈ, ਕੱਲ੍ਹ ਨੂੰ ਫਿਰ ਜਾ ਕੇ ਉੱਥੇ ਫਸਣਾ ਅਤੇ ਫਿਰ ਉੱਥੇ ਰੋਣਾ, ਫਿਰ ਇੱਦਾਂ ਹੀ ਵੀਡੀਓ ਬਣਨੇ ਆ, ਫਿਰ ਉਹ ਵੀਡੀਓ ਵਾਇਰਲ ਹੋਣੇ ਆ। ਸੋ ਉਸ ਤੋਂ ਬਿਹਤਰ ਹੈ ਕਿ ਜੇ ਜਾਣਾ ਹੈ ਤਾਂ ਪੱਕੀ ਪੈਰੀਂ ਜਾਓ, ਅਤੇ ਇੰਨਾ ਪੈਸਾ ਲਗਾ ਕੇ ਨਾ ਜਾਓ, ਇੰਨਾ ਪੈਸਾ ਉੱਥੇ ਜਾ ਕੇ ਤੁਸੀਂ ਲਗਾਓ ਜਿੱਥੇ ਕਿਸੇ ਕੰਮ ਵਾਸਤੇ ਹੈ ਨਾ, ਇੱਥੋਂ ਇੰਨਾ ਪੈਸਾ ਲਗਾ ਕੇ, ਜਿਹੜਾ ਮੇਨ ਸਾਡੇ ਕੋਲ ਪੈਸਾ ਹੁੰਦਾ ਉਹ ਤਾਂ ਅਸੀਂ ਪਹਿਲਾਂ ਇੱਥੇ ਸਾਰਾ ਲਗਾ ਦਿੰਦੇ ਹਾਂ, ਉੱਥੇ ਜਾ ਕੇ ਫਿਰ ਅਸੀਂ ਖਾਲੀ ਹੋ ਜਾਂਦੇ, ਜਿੱਦਾਂ ਹੁਣ ਇਹ ਵੀਰ ਬੈਠਾ ਹੈ ਨਾ, ਖਾਣ ਵਾਸਤੇ ਵੀ ਹੈ ਨਹੀਂ ਕੁਛ। ਸੋ ਉਮੀਦ ਹੈ ਕਿ ਬੇਨਤੀ ਪ੍ਰਵਾਨ ਕਰੋਗੇ, ਗੁਰੂ ਮਹਾਰਾਜ ਮਿਹਰ ਕਰੇ, ਆਪ ਸਭ ਨੂੰ ਸਦਾ ਚੜ੍ਹਦੀ ਕਲਾ ਰੱਖੇ। ਸਤਿ ਸ਼੍ਰੀ ਅਕਾਲ ਜੀ।